ਕਬੀਰ ਤੂੰ ਹੀ ਕਬੀਰ ਤੂੰ ਤੇਰੋ ਨਉ ਕਬੀਰ ਰਾਮ ਰਤਨ ਤਬ ਪਾਈਐ ਜੋ ਪਹਿਲੇ ਤਜੇ ਸ਼ਰੀਰ ਕਬੀਰ ਝੰਖਨਾ ਚੰਖੀਏ ਤੁਮਰੋ ਕਹਿਓ ਨਾ ਹੋਏ ਕਰਮ ਕਰੀਮ ਜੋ ਕਰ ਰਹਿ ਮੇਟਨਾ ਸਕੇ ਕੋਈ ਕਬੀਰ ਕਸੌਤੀ ਰਾਮ ਕੀ ਝੂਠਾ ਟਿਕੈ ਨ ਕੋਏ ਰਾਮ ਕਸੌਤੀ ਸੋਸ ਹੈ ਜੋ ਮਰ ਜੀਵਾ ਹੋਏ ਕਬੀਰ ਊਜਲ ਪਹਿਰੇ ਕਾਪਰੇ बान सुपारी खाहे एक सहर के नाम बिन बादे जमपुर जाहे कबीर बेड़ा जर जरा फूटे 6 हजार ਹਰਵੇ ਹਰਵੇ ਤਿਰ ਗਏ ਡੂਬੇ ਜਨ ਸਿਰ ਪਾਰ ਕਬੀਰ ਬੇੜਾ ਜਰ ਜਰਾ ਫੂਟੇ 6000 ਹਰਵੇ ਹਰਵੇ ਤਿਰ ਗਏ ਡੂਬੇ ਜਿਨ ਸਿਰ ਭਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜਿਓ ਮਾਲਕੇ ਕੁੱਲ ਕਾਇਨਾਤ ਤਨ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੋ ਮਾਲਕ ਨੇ ਦਇਆ ਕੀਤੀ ਹੈ ਤੇ ਅਸੀਂ ਬਾਬਾ ਕਬੀਰ ਸਾਹਿਬ ਦੇ ਪਾਕ ਪਵਿੱਤਰ ਇਲਾਹੀ ਸ਼ਲੋਕਾਂ ਨਾਲ ਆਪਣਾ ਚਿੱਤ ਜੋੜਨ ਦੇ ਲਈ ਹਾਜ਼ਰ ਹੋਏ ਹਾਂ ਕਬੀਰ ਸਾਹਿਬ ਦੇ ਸ਼ਲੋਕਾਂ ਦੇ ਅਸੀਂ 6 ਪਾਰਟ ਹੁਣ ਤੱਕ ਤਿਆਰ ਕੀਤੇ ਨੇ ਇਹ 7ਵਾਂ ਪਾਰਟ ਹੈ ਜਿਦੇ ਵਿੱਚ ਅਸੀਂ 31 ਨੰਬਰ ਤੋਂ ਲੈ ਕੇ 35 ਨੰਬਰ ਤੱਕ ਕਬੀਰ ਸਾਹਿਬ ਦੇ ਇਹ ਜਿਹੜੇ ਪਾਵਨ ਸ਼ਲੋਕ ਨੇ ਇਹਨਾਂ ਦੀ ਵਿਚਾਰ ਕਰਨੀ ਹੈ ਕਬੀਰ ਸਾਹਿਬ ਨੇ ਇਹਨਾਂ ਪਾਵਨ ਸ਼ਲੋਕਾਂ ਦੇ ਵਿੱਚੋ ਮਨੁੱਖਾ ਜਨਮ ਦੀ ਗੱਲ ਕੀਤੀ ਹੈ ਤੇ ਗੁਨਾਹਾਂ ਦਾ ਭਾਰ ਚੱਕਣ ਦੀ ਗੱਲ ਕੀਤੀ ਹੈ ਤੇ ਇੱਕ ਬੜੀ ਵਧੀਆ ਗੱਲ ਕੀਤੀ ਕਿ ਬੰਦਿਆ ਕਦੇ ਆਪਣੇ ਆਪ ਨੂੰ ਵੱਡਾ ਨਾ ਅਖਵਾਵੀ ਵੱਡਾ ਕੇਵਲ ਪਰਮਾਤਮਾ ਹੈ ਤੇ ਉਸ ਪਰਮਾਤਮਾ ਦੀਆਂ ਜਿਹੜੀਆਂ ਦਾਤਾਂ ਹੁੰਦੀਆਂ ਨੇ ਉਹਨਾਂ ਨੂੰ ਦੁਨੀਆ ਦੀ ਕੋਈ ਸ਼ਕਤੀ ਦੁਨੀਆ ਦੀ ਕੋਈ ਪਾਵਰ ਦੁਨੀਆ ਦੀ ਕੋਈ ਤਾਕਤ ਮੇਟ ਨਹੀਂ ਸਕਦੀ ਖਤਮ ਨਹੀਂ ਕਰ ਸਕਦੀ ਜੇ ਮਨ ਦੇ ਵਿੱਚੋਂ ਭਲੇਖਾ ਹੋਵੇ ਕਿਸੇ ਗੱਲ ਦਾ ਤੇ ਉਹਨੂੰ ਹੁਣੇ ਹੀ ਕੱਢ ਦੇ ਕਿਉਂਕਿ ਕੋਈ ਵੀ ਸ਼ਕਤੀ ਉਹਦੀਆਂ ਤਾਕਤਾਂ ਨੂੰ ਖਤਮ ਨਹੀਂ ਕਰ ਸਕਦੀ ਸੋ ਕਬੀਰ ਸਾਹਿਬ ਨੇ ਜੋ ਰਹਿਮਤਾਂ ਕੀਤੀਆਂ ਨੇ ਉਹਦੇ ਨਾਲ ਆਪਣਾ ਚਿੱਤ ਜੋੜਨਾ ਆਪਾਂ ਸਭ ਤੋਂ ਪਹਿਲਾਂ ਆਪਾਂ ਗੁਰੂ ਫਤੇ ਸਾਂਝੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕਬੀਰ ਸਾਹਿਬ ਦਾ ਜਿਹੜਾ 31 ਨੰਬਰ ਸ਼ਲੋਕ ਹੈ ਉਹਦੇ ਉੱਤੇ ਤਵਜੂਹ ਦੇਣ ਦੀ ਲੋੜ ਹੈ ਕਬੀਰ ਸਾਹਿਬ ਨੇ ਕਿਹਾ ਕਬੀਰਾ ਤੂੰ ਹੀ ਕਬੀਰ ਤੂੰ ਤੇਰੋ ਨਾਉ ਕਬੀਰ ਕਿਉਂਕਿ ਬੰਦੇ ਨੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਹੈ ਤੇ ਬੰਦੇ ਨੇ ਕੀ ਕਹਿਣਾ ਹੈ ਏ ਨਰੰਕਾਰ ਅਕਾਲ ਪੁਰਖ ਵਾਹਿਗੁਰੂ ਤੂੰ ਇਸ ਸੰਸਾਰ ਵਿੱਚ ਸਭ ਤੋਂ ਵੱਡਾ ਹੈ ਤੇਰਾ ਨਾਮ ਹੀ ਪ੍ਰਮਾਤਮਾ ਜੀ ਸਭ ਤੋਂ ਵੱਡਾ ਹੈ ਤੇ ਤੂੰ ਹੀ ਸਭ ਤੋਂ ਵੱਡਾ ਇਸ ਸੰਸਾਰ ਵਿੱਚ ਰਹੇਗਾ ਕਬੀਰ ਦਾ ਮਤਲਬ ਵੱਡਾ ਹੁੰਦਾ ਹੈ ਕਬੀਰਾ ਤੂੰ ਤੂੰ ਹੀ ਏਕ ਹੈ ਤੂੰ ਵੱਡਾ ਹੈ ਤੇ ਤੂੰ ਹੀ ਸਾਰੇ ਸੰਸਾਰ ਨੂੰ ਚਲਾ ਰਿਹਾ ਕਬੀਰ ਤੂੰ ਹੀ ਤੇ ਏ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਬਰਾਬਰੀ ਕੋਈ ਨਹੀਂ ਕਰ ਸਕਦਾ ਤੂੰ ਬਹੁਤ ਮਹਾਨ ਹੈ ਵੱਡਾ ਤੇਰਾ ਨਾਮ ਕਬੀਰ ਤੇਰਾ ਨਾਮ ਵੀ ਬਹੁਤ ਵੱਡਾ ਹੈ ਇੱਥੇ ਬੰਦੇ ਨੇ ਕੀ ਕਹਿਣਾ ਹੈ ਮੇਰੇ ਅਕਾਲ ਪੁਰਖ ਵਾਹਿਗੁਰੂ ਮੈਂ ਬਹੁਤ ਛੋਟਾ ਹਾਂ ਤੇ ਆਪਣੀ ਜ਼ੁਬਾਨ ਤੋਂ ਬੰਦਾ ਇਹ ਕਵੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ ਕੂੜ ਕੂੜੈ ਨੇ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ जग ਚਲਣਾਰ ਸਵਾਲ ਹੈ ਕਿ ਜਦੋਂ ਸਭ ਕੁਝ ਹੀ ਖਤਮ ਹੋ ਜਾਣ ਵਾਲਾ ਤੇ ਸਾਡਾ ਪਿਆਰ ਕਿਦੇ ਨਾਲ ਹੋਵੇ ਪ੍ਰਮਾਤਮਾ ਨਾਲ ਜਿਹੜਾ ਸਭ ਤੋਂ ਵੱਡਾ ਹੈ ਜਿਹੜਾ ਮੇਨ ਹੈ ਜੋ ਦਇਆਵਾਨ ਹੈ ਜੋ ਕਿਰਪਾਲੂ ਹੈ ਦਿਆਲੂ ਜਿਤੋਂ ਵੱਡਾ ਹੋਰ ਕੋਈ ਵੀ ਨਹੀਂ ਅਸੀਂ ਹੰਕਾਰ ਵਿੱਚ ਮਾਨਮਤੇ ਹੋ ਕੇ ਆਪਣੇ ਆਪ ਨੂੰ ਮਹਾਨ ਅਖਵਈਏ ਆਪਾਂ ਜੀ ਬਹੁਤ ਵੱਡੇ ਆਪਾਂ ਜੀ ਬਹੁਤ ਕੁਝ ਕਰ ਸਕਦੇ ਆ ਪਰ ਜੇ ਵੇਖਿਆ ਜਾਵੇ ਤਾਂ ਸਾਡੀ ਇੰਨੀ ਔਕਾਤ ਨਹੀਂ ਆਪਾਂ ਕੁਝ ਕਰ ਨਹੀਂ ਸਕਦੇ ਅਸੀਂ ਆਪਣੇ ਆਪ ਨੂੰ ਚਾਹੇ ਜਿੰਨਾ ਮਰਜ਼ੀ ਵੱਡਾ ਅਖਵਾ ਲਈਏ ਪਰ ਉੱਜ ਤੋਂ ਵੱਡੇ ਆਪਾਂ ਨਹੀਂ ਹੋ ਸਕਦੇ ਯਾਦ ਰੱਖਿਓ ਔਰ ਇਹ ਸਾਡੀ ਈਗੋ ਹੁੰਦੀ ਹੈ ਸਾਡਾ ਹੰਕਾਰ ਹੁੰਦਾ ਜੇ ਸਮਝਾ ਕਰਕੇ ਅਸੀਂ ਆਪਣੇ ਕਦ ਨੂੰ ਪਹਿਚਾਨਣਾ ਬੰਦ ਕਰ ਦਿੰਨੇ ਆ ਤੇ ਆਪਣੇ ਆਪ ਨੂੰ ਬਹੁਤ ਵੱਡਾ ਜਾਨਣਾ ਸ਼ੁਰੂ ਕਰ ਦਿੰਨੇ ਆ ਉਸੇ ਤਰ੍ਹਾਂ ਜਿਸ ਤਰ੍ਹਾਂ ਕੋੜ ਕਿਲੀ ਸਮਝਦੀ ਹੈ ਕੋੜ ਕਿਰਲੀ ਕੋੜ ਕੇ ਲਈ ਇਹ ਸਮਝਦੀ ਮੈਂ ਛਤ ਚੱਕੀ ਹੋਈ ਐ ਕਮਲੀਏ ਤੂੰ ਛਤ ਦੇ ਸਹਾਰੇ ਐ ਛਤ ਨੂੰ ਤੂੰ ਨਹੀਂ ਚੱਕਿਆ ਹੋਇਆ ਕਬੀਰ ਸਾਹਿਬ ਨੇ ਅੱਗੇ ਕੀ ਕਿਹਾ RAM ਰਤਨ ਤਬ ਪਾਈ ਐ RAM ਪਰਮਾਤਮਾ ਹੈ ਰਤਨ ਉਹਦਾ ਨਾਮ ਹੈ ਤਬ ਪਈ ਉਦੋਂ ਸਾਨੂੰ ਪ੍ਰਮਾਤਮਾ ਦੇ ਨਾਮ ਰੂਪ ਰਤਨ ਦੀ ਪ੍ਰਾਪਤੀ ਹੁੰਦੀ ਹੈ ਪ੍ਰਮਾਤਮਾ ਦਾ ਨਾਮ ਉਹਦੇ ਗੁਣ ਰਤਨ ਨੇ ਬੇਸ਼ਕੀਮਤੀ ਹੈ ਜਦੋਂ ਉਹ ਸਾਡੇ ਪੱਲੇ ਪੈ ਜਾਂਦੇ ਨੇ ਸਾਡੇ ਹਿਰਦੇ 'ਚ ਵਸ ਜਾਂਦੇ ਨੇ ਫਿਰ ਕੀ ਹੁੰਦਾ ਜੀ ਸਾਡਾ ਜੀਵਨ ਉੱਚਾ ਹੋ ਜਾਂਦਾ ਪਰ ਮਿਲਦੇ ਕਦੋਂ ਹੈ ਜੋ ਪਹਿਲੇ ਫਸਟ ਕੀ ਕਰਨਾ ਤਜੇ ਸਰੀਰ ਸਰੀਰ ਛੱਡ ਦੇਣਾ ਮਰ ਜਾਣ ਦਾ ਮਤਲਬ ਨਹੀਂ ਇੱਥੇ ਸਰੀਰ ਦਾ ਮੋਹ ਛੱਡਣਾ ਭਾਵ ਜਿਹੜੀਆਂ ਵਾਧੂ ਦੀਆਂ ਆਪਾਂ ਟੈਨਸ਼ਨਾਂ, ਝੰਜਟ, ਮੋਹ ਜੋੜਿਆ ਆਪਣੇ ਨਾਲ ਉਹਨਾਂ ਨੂੰ ਛੱਡਣਾ ਇਹ ਬੜਾ ਜ਼ਰੂਰੀ ਹੁੰਦਾ ਇਹਦਾ ਮਤਲਬ ਘਰ ਪਰਿਵਾਰ ਛੱਡਣਾ ਨਹੀਂ ਹੁੰਦਾ ਕਬੀਰ ਸਾਹਿਬ ਨੇ ਕਿਹਾ ਕਿ ਤੂੰ ਕੱਲਾ ਸ਼ਰੀਰ ਤੱਕ ਸੋਚਦਾ ਇਹ ਤੂੰ ਅਗਾ ਨਹੀਂ ਜਾਂਦਾ ਹੁਣ ਜਿਹੜੇ ਆ ਪੰਜ ਸ਼ਲੋਕ ਹੈ ਇਹਨਾਂ ਦੇ ਵਿੱਚ ਉਹਨਾਂ ਨੇ ਬੜੀਆਂ ਕਮਾਲ ਦੀਆਂ ਗੱਲਾਂ ਕਹੀਆਂ ਜਿਨ੍ਹਾਂ ਦੇ ਨਾਲ ਸਾਂਝ ਪਾਉਣੀ ਹੈ ਆਪਾਂ ਉਹਨਾਂ ਨੇ ਕਿਹਾ ਕਿਤੇ ਤੂੰ ਕੱਲਾ ਤਨ ਤੱਕ ਸੀਮਤ ਹੋ ਗਿਆ ਇਹ ਤੂੰ ਅਗਾ ਨਹੀਂ ਜਾ ਰਿਹਾ ਤੂੰ ਔਰ ਮੈਂ ਇਹੀ ਤਾਂ ਚਾਹਨਾ ਵੀ ਇਹ ਤੋਂ ਅਗਾਂਹ ਜਾਵੇਂ ਤੂੰ ਸ਼ਰੀਰ ਦੀਆਂ ਕੁਝ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕਰੋ ਪਰ ਐਸਾ ਨਾ ਹੋਵੇ ਕਿ ਇਹ ਲੋੜਾਂ ਇੱਕ ਦਿਨ ਬਦਨਾਮੀ ਦਾ ਕਾਰਨ ਬਣ ਜਾਣ ਤੇ ਤੁਸੀਂ ਆਪਣੇ ਜੀਵਨ ਨੂੰ ਖਰਾਬ ਕਰ ਲਓ ਬਰਬਾਦ ਕਰ ਲਓ ਜਿਵੇਂ ਕਿ ਸਾਡੇ ਸਮਾਜ ਵਿੱਚ ਇਹ ਸਾਰਾ ਕੁਝ ਹੋ ਰਿਹਾ ਸਾਡੇ ਸਮਾਜ ਵਿੱਚ ਇਹ ਹਰਕਤਾਂ ਹੋ ਰਹੀਆਂ ਜਿਨ੍ਹਾਂ ਤੋਂ ਬਚਣਾ ਬੜਾ ਜ਼ਰੂਰੀ ਹੈ ਮੇਰੇ ਸਹਿਬ ਨੇ ਅੱਗੇ ਕੀ ਕਿਹਾ ਕਬੀਰ ਸਾਹਿਬ ਨੇ ਕਹਿੰਦੇ ਕਬੀਰ ਝੰਖਣਾ ਝੰਖੀਐ ਤੁਮਰੋ ਕਹਿਓ ਨਾ ਹੋਏ ਰਾਤ ਦਿਨ ਗਿਲੇ ਗੁਜਾਰੀ ਕਰਨੀ ਝੰਖ ਝੰਖ ਦਾ ਮਤਲਬ ਹੈ ਗਿਲੇ ਗੁਜਾਰੀ ਕਰਨੀ ਰਾਤ ਦਿਨ ਰੱਬ ਨੂੰ ਤਾਨੇ ਮਾਰਨੇ ਕਹਿਣ ਰੱਬ ਨੇ ਆ ਨਹੀਂ ਦਿੱਤਾ ਰੱਬ ਨੇ ਆਉ ਨਹੀਂ ਦਿੱਤਾ ਰੱਬ ਕੋਲ ਮੈਂ ਆ ਮੰਗਿਆ ਸੀ ਉਹਨੇ ਕਿਉਂ ਨਹੀਂ ਦਿੱਤਾ ਮੈਨੂੰ ਕਬੀਰ ਸਾਹਿਬ ਨੇ ਕਿਹਾ ਕਹਿੰਦੇ ਗੱਲ ਤੂੰ ਪੱਲੇ ਪੰਨ ਲਾ ਕਬੀਰ ਚੰਖਣਾ ਚੰਖੀਏ ਕਹਿੰਦੇ ਆਪਣੇ ਸਰੀਰ ਨਾਲ ਜੁੜੀਆਂ ਹੋਈਆਂ ਲੋੜਾਂ ਪੂਰੀਆਂ ਕਰਨ ਦੀ ਬਜਾਏ ਤੂੰ ਰਾਜ ਜਿਨ ਰੱਬ ਨੂੰ ਮਿਹਣੇ ਮਾਰਦਾ ਰਹੀ ਨਾ ਤੁਮਰੋ ਕਹੋ ਨਾ ਹੋਏ ਇਹ ਗੱਲ ਯਾਦ ਰੱਖੀ ਜੋ ਤੂੰ ਆਖਦਾ ਹੈ ਜੋ ਤੂੰ ਚਾਹਨਾ ਹੈ ਉਹ ਸਭ ਕੁਝ ਨਹੀਂ ਹੋ ਸਕਦਾ ਤੁਮਰੋ ਕਹੋ ਨਾ ਹੋਏ ਉਹ ਸਭ ਕੁਝ ਨਹੀਂ ਹੋ ਸਕਦਾ ਜੋ ਤੂੰ ਚਾਹਨਾ ਜੋ ਜੋ ਤੂੰ ਆਖਦਾ ਹੁਣ ਜੋ ਸਾਡੀਆਂ ਨੇਤੀਆਂ ਖਵਾਸ਼ਾਂ ਹੁੰਦੀਆਂ ਨੇ ਸਾਡੀਆਂ ਪੂਰੀਆਂ ਹੋ ਸਕਦੀਆਂ ਜੋ ਆਪਾਂ ਰਾਤ ਦਿਨ ਮੰਗਾ ਮੰਗਦੇ ਰਹਿੰਨੇ ਆ ਸਾਡੀਆਂ ਪੂਰੀਆਂ ਹੋ ਸਕਦੀਆਂ ਕਦੇ ਵੀ ਨਹੀਂ ਔਰ ਇਹ ਸਾਡੀਆਂ ਗਲਤਫਹਿਮੀਆਂ ਹੁੰਦੀਆਂ ਨੇ ਸਾਨੂੰ ਆ ਮਿਲ ਜੇ ਸਾਨੂੰ ਉਹ ਮਿਲ ਜੇ ਇਹ ਜ਼ਰੂਰੀ ਨਹੀਂ ਹੁੰਦਾ ਪਰ ਜੋ ਉਹਨੇ ਦੇਣਾ ਉਹਨੇ ਦੇਣਾ ਹੀ ਹੈ ਅਗਲੀ ਗੱਲ ਸੁਣਨ ਵਾਲੀ ਕਹਿੰਦੇ ਕਰਮ ਕਰਮ ਦਾ ਮਤਲਬ ਬਖਸ਼ਿਸ਼ کریم ਜੋ ਕਰ ਰਹੇ کریم ਭਾ ਪਰਮਾਤਮਾ ਰਹਿਮਤ ਕਰਨ ਵਾਲਾ ਕਹਿੰਦੇ ਜਿਹੜਾ ਪਰਮਾਤਮਾ ਬਖਸ਼ਿਸ਼ਾਂ ਕਰਨ ਵਾਲਾ ਜਿਹੜਾ ਬਖਸ਼ਿਸ਼ਾਂ ਕਰ ਰਿਹਾ ਹੈ ਜਿਹੜਾ ਬਖਸ਼ਿਸ਼ਾਂ ਕਰ ਰਿਹਾ ਰਹਿਮਤਾਂ ਕਰ ਰਿਹਾ ਮੇਟਣਾ ਸਾਕੇ ਕੋਈ ਜਿਹੜੀਆਂ ਉਹਦੀਆਂ ਦਾਤਾਂ ਨੇ ਤੇ ਜੋ ਉਹਨੇ ਦੇਣਾ ਉਹਨੂੰ ਕੋਈ ਮਟਾ ਨਹੀਂ ਸਕਦਾ ਉਹਨਾਂ ਵਿੱਚ ਕੋਈ ਫੇਰ ਬਦਲ ਨਹੀਂ ਕਰ ਸਕਦਾ ਉਹਨਾਂ ਨੂੰ ਕੋਈ ਘਟਾ ਵਧਾ ਨਹੀਂ ਸਕਦਾ ਉਹਨੇ ਜੋ ਕਿਸੇ ਨੂੰ ਦੇਣਾ ਉਹਨੇ ਦੇ ਹੀ ਦੇਣਾ ਯਾਦ ਰੱਖੀ ਤੇ ਤੇਰੇ ਕਹਿਣ ਨਾਲ ਕੁਝ ਨਹੀਂ ਹੋ ਲੱਗਾ ਇੱਕ ਕਹਾਣੀ ਬੜੀ ਪਿਆਰੀ ਆਉਂਦੀ ਨਾ ਵੀ ਇੱਕ ਕੋਈ ਅਮੀਰ ਬੰਦਾ ਸੀ ਤੇ ਉਹਨੇ ਨਾ ਆਪਣੇ ਖੇਤਾਂ ਦੇ ਵਾਸਤੇ ਕੁਝ ਮਜ਼ਦੂਰ ਮਹਗਾਈ ਸਵੇਰ ਦਾ ਟਾਈਮ ਸੀ ਉਹਨੇ ਸੋਚਿਆ ਵੀ ਮਜ਼ਦੂਰ ਘਟ ਹੈ ਦੁਪਹਿਰ ਪੈ ਗਈ ਉਹਨੇ ਥੋੜੇ ਹੋਰ ਮੰਗਾ ਲੇ ਪਰ ਸ਼ਾਮ ਪੈਣ ਤੋਂ ਪਹਿਲਾਂ ਪਹਿਲਾਂ ਥੋੜੇ ਨੇ ਹੋਰ ਮੰਗਾ ਲੇ ਤਿੰਨ ਹਿੱਸਿਆਂ ਵਿੱਚ ਮਜ਼ਦੂਰ ਆਏ ਜਿਹੜੇ ਸਵੇਰ ਦੇ ਆਏ ਸੀ ਉਹਨਾਂ ਨੇ ਵੀ ਕੰਮ ਕੀਤਾ ਦੁਪਹਿਰ ਵਾਲੇ ਨੇ ਵੀ ਕੀਤਾ ਸ਼ਾਮ ਵਾਲੇ ਨੇ ਵੀ ਕੀਤਾ ਪਰ ਸਭ ਤੋਂ ਜ਼ਿਆਦਾ ਜਿਨ੍ਹਾਂ ਨੇ ਕੀਤਾ ਸਭ ਤੋਂ ਘੱਟ ਜਿਨ੍ਹਾਂ ਨੇ ਕੀਤਾ ਤੇ ਵਿਚਕਾਰਲੇ ਜਿਹੜੇ ਸੀ ਦੁਪਹਿਰ ਵਾਲੇ ਉਹ ਸਾਰੇ ਇਕੱਠੇ ਹੋ ਗਏ ਜਦੋਂ ਸ਼ਾਮ ਨੂੰ ਉਹਨੇ ਦੇਣਾ ਸੀ ਕੁਝ ਉਨੇ ਸਾਰਿਆਂ ਨੂੰ ਇੱਕ ਬਰਾਬਰ ਦਾ ਜੋ ਉਹਨਾਂ ਦਾ ਹਿੱਸਾ ਬੰਦਾ ਸੀ ਦਿੱਤਾ ਬਰਾਬਰਤਾ ਦੇ ਦਿੱਤੀ ਸਾਰੇ ਨੂੰ ਇੱਕ ਬਰਾਬਰ ਦੇ ਪੈਸੇ ਦੇ ਦਿੱਤੇ ਜਿਹੜੇ ਸਵੇਰ ਵਾਲੇ ਆਏ ਸੀ ਉਹਨਾਂ ਨੂੰ ਗੁੱਸਾ ਚੜ ਗਿਆ ਉਹ ਕਹਿੰਦੇ ਇਹ ਕਿੱਦਾਂ ਹੋ ਸਕਦਾ ਜਿਹੜੇ ਦੁਪਹਿਰ ਵਾਲੇ ਆਏ ਸੋਨੇ ਕੰਮ ਹੀ ਬਹੁਤ ਘੱਟ ਕੀਤਾ ਫਿਰ ਜਿਹੜੇ ਸ਼ਾਮ ਵਾਲੇ ਆਏ ਉਹਨਾਂ ਨੇ ਵੀ ਬਹੁਤ ਘੱਟ ਕੀਤਾ ਤੁਸੀਂ ਇਹ ਕਿੱਦਾਂ ਕਰ ਸਕਦੇ ਹੋ ਬਰਾਬਰ ਦੇ ਸਕਦੇ ਹੋ ਦੇ ਪੇਰ ਵਾਲਿਆਂ ਨੇ ਵੀ ਆਖਿਆ ਵੀ ਸ਼ਾਮ ਵਾਲੇ ਨੂੰ ਘੱਟ ਮਿਲਣੀ ਚਾਹੀਦੀ ਸਾਨੂੰ ਜ਼ਿਆਦਾ ਮਿਲਣੀ ਚਾਹੀਦੀ ਕਿਉਂਕਿ ਆਪਾਂ ਦੁਪਹਿਰ ਆਏ ਸੀ ਸਵੇਰ ਵਾਲਿਆਂ ਨੇ ਵੀ ਗਿਲੇ ਗੁਜ਼ਾਰੀ ਕੀਤੀ ਅਸਲ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਦੋਂ ਮੈਂ ਤੁਹਾਨੂੰ ਲਿਆਂਦਾ ਸੀ ਮੈਂ ਤੁਹਾਨੂੰ ਕੀ ਕਹਿ ਕੇ ਲਿਆਂਦਾ ਸੀ ਵੀ ਤੁਹਾਨੂੰ ਕਿੰਨੇ ਪੈਸੇ ਮੈਂ ਦਵਾਂਗਾ ਉਹ ਕਹਿੰਦੇ ਵੀ ਇੰਨੇ-ਇੰਨੇ ਗੱਲ ਕੀਤੀ ਸੀ ਉਹ ਕਹਿੰਦੇ ਤੁਹਾਨੂੰ ਮਿਲ ਕੇ ਕਹਿੰਦੇ ਹਾਂ ਮਿਲ ਗਏ ਕਹਿੰਦੇ ਫਿਰ ਜਾਓ ਆ ਬਾਕੀ ਜਿਹੜੇ ਇਹਨਾਂ ਨੂੰ ਇਹਨਾਂ ਨੂੰ ਮੈਂ ਬਖਸ਼ਿਸ਼ ਕਰ ਰਿਹਾ ਇਹਨਾਂ ਨੂੰ ਆਪਣੇ ਆਪਣੇ ਕੋਲੋਂ ਖੁਸ਼ੀ ਨਾ ਦੇ ਰਿਹਾ ਇਦੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਪਰ ਅਸੀਂ ਇਹੀ ਸੋਚਦੇ ਹਾਂ ਵੀ ਦੂਜੇ ਨੂੰ ਜ਼ਿਆਦਾ ਮਿਲ ਗਿਆ ਕਿਉਂ ਮਿਲ ਗਿਆ ਉਹ ਤਾਂ ਭੁੱਖਾ ਮਰਨਾ ਚਾਹੀਦਾ ਸੀ ਉਹਨੂੰ ਮਿਲ ਹੀ ਕਿਵੇਂ ਗਿਆ ਜਦੋਂ ਸਾਡੇ ਮਨਾਂ ਵਿੱਚ ਇਹ ਪ੍ਰੋਬਲਮ ਆਉਣਗੀਆਂ ਨਾ ਤੇ ਅਸੀਂ ਜ਼ਿੰਦਗੀ ਦੇ ਵਿੱਚ ਕਦੇ ਸੁਖੀ ਨਹੀਂ ਹੋ ਸਕਦੇ ਯਾਦ ਰੱਖਿਓ ਜਦੋਂ ਅਸੀਂ ਦੂਜੇ ਦਾ ਸੁੱਖ ਮੰਗਣ ਦੀ ਬਜਾਏ ਦੂਜੇ ਦਾ ਦੁੱਖ ਮੰਗਣਾ ਸ਼ੁਰੂ ਕਰ ਦੇਵਾਂਗੇ ਨਾ ਤੇ ਜ਼ਿੰਦਗੀ ਬਹੁਤੀ ਅਗਾਹ ਲੈ ਕੇ ਨਹੀਂ ਸਾਨੂੰ ਜਾਂਦੀ ਪ੍ਰੋਬਲਮ ਇੱਥੇ ਖੜੀ ਹੁੰਦੀ ਵੀ ਦੂਜਾ ਸੁਖੀ ਵਸੇ ਹੀ ਕਿਉਂ ਉਹ ਤਾਂ ਦੁਖੀ ਹੋਣਾ ਚਾਹੀਦਾ ਉਹ ਤਾਂ ਨਰਕਾਂ 'ਚ ਹੀ ਪੈਣਾ ਚਾਹੀਦਾ ਸਾਡੇ ਬਜ਼ੁਰਗ ਕਹਿੰਿਆ ਕਰਦੇ ਸੀ ਕਿ ਜਦੋਂ ਤੁਸੀਂ ਸਲਬਤ ਦਾ ਭਲਾ ਮੰਗਦੇ ਹੋ ਨਾ ਕਿਸੇ ਦੇ ਪੈਰਾਂ ਪਿੱਛੇ ਆਪਣਾ ਵੀ ਭਲਾ ਹੁੰਦਾ ਪਰ ਇਹ ਸੋਚ ਅੱਜ ਕੱਲ ਰਹੀ ਨਹੀਂ ਹੈ ਅੱਜ ਕੱਲ ਸੋਚ ਇਹ ਹੋ ਗਈ ਵੀ ਜਿੰਨਾ ਕਿਸੇ ਦਾ ਬੁਰਾ ਕਰੋਗੇ ਉਨਾ ਹੀ ਤੁਹਾਨੂੰ ਬੈਨੀਫਿਟ ਮਿਲੇਗਾ ਔਰ ਇਹ ਪ੍ਰੋਬਲਮਾ ਸਾਡੇ ਜੀਵਨ ਨੂੰ ਬਰਬਾਦ ਕਰਦੀਆਂ ਨੇ ਅਗਲੀ ਗੱਲ ਜਿਹੜੀ ਕਬੀਰ ਸਾਹਿਬ ਨੇ ਕਹੀ ਕਬੀਰ ਕਸੌਟੀ RAM ਕੀ ਝੂਠਾ ਟਿੱਕੈ ਨਾ ਕੋਈ ਕਸੌਟੀ ਇੱਕ ਉਹ ਪੱਥਰ ਆਦਕ ਜਿਹਦੇ ਨਾਲ ਘਸਾ ਕੇ ਸੁਨਿਆਰਾ ਇਹ ਪਰਖ ਕਰਦਾ ਵੀ ਸੋਨਾ ਅਸਲੀ ਹੈ ਜਾਂ ਨਕਲੀ ਹੈ ਇਥੇ ਕਸੌਟੀ RAM ਕੀ ਹੈ ਭਾਵ ਇੱਕ ਸ਼ਰਤ ਹੈ ਪ੍ਰਮਾਤਮਾ ਦੀ ਇੱਕ ਰਸਤਾ ਹੈ ਕੁਝ ਵੀ ਕਾਇਦਵਾਮੇ ਇਕ ਰਸਤਾ ਹੈ ਜਿਤਰੋ ਦੀ ਲੰਘਣਾ ਪਿੰਦਾ ਤੇ ਉਹ ਕਸੌਟੀ ਜਿਹੜੀ ਪ੍ਰਮਾਤਮਾ ਦੀ ਹੈ ਉਹਦੇ ਵਿੱਚੋਂ ਨਿਕਲਣ ਤੋਂ ਬਾਅਦ ਪਤਾ ਲੱਗਦਾ ਵੀ ਇਹ ਬੰਦਾ ਸੱਚਾ ਹੈ ਕਿ ਜਾਂ ਝੂਠਾ ਹੈ ਹੈ ਤਾਂ ਝੂਠਾ ਤੇ ਆਪਣੇ ਆਪ ਨੂੰ ਸੱਚਾ ਅਖਵਾਈ ਜਾਵੇ ਤੇ ਰੱਬ ਇਦਾਂ ਖੁਸ਼ ਥੋੜੀ ਹੋਵੇਗਾ ਕਦੇ ਪਿਆਰੇ ਨਿਰੰਕਾਰ ਨੂੰ ਭਲੇਖੇ ਚ ਥੋੜੀ ਰੱਖਿਆ ਜਾ ਸਕਦਾ ਮੈਂ ਦੁਨੀਆ ਨੂੰ ਧੋਖਾ ਦੇ ਸਕਦਾ ਸੰਸਾਰ ਨੂੰ ਧੋਖਾ ਦੇ ਸਕਦਾ ਜਿਵੇਂ ਚਾਹਾਂ ਤੇ ਮੈਂ ਰੱਬ ਨੂੰ ਧੋਖਾ ਦੇ ਸਕਦਾ ਕਦੇ ਨਹੀਂ ਕਈ ਵਾਰ ਆਪਾਂ ਹੀ ਸੋਚਦੇ ਆਂ ਵੀ ਮੈਂ ਦੁਨੀਆ ਧੋਖੇ 'ਚ ਰੱਖ ਲਈ ਮੈਂ ਰੱਬ ਵੀ ਧੋਖੇ 'ਚ ਰੱਖ ਲਵਾਂਗਾ। ਕਮਲਿਆ ਤੇਰਿਆਂ ਕੰਮਾਂ ਨਾਲ ਰੱਬ ਧੋਖੇ ਵਿੱਚ ਆਉਣ ਵਾਲਾ ਨਹੀਂ। ਤੂੰ ਕੀ ਸੋਚੀ ਬੈਠਾ ਵੀ ਰੱਬ ਨੂੰ ਮੈਂ ਧੋਖਾ ਦੇ ਸਕਦਾ? ਨਹੀਂ। ਨਿਰੰਕਾਰ ਅਕਾਲਪੁਰਖ ਵਾਹਿਗੁਰੂ ਨੂੰ ਕੋਈ ਧੋਖਾ ਨਹੀਂ ਦੇ ਸਕਦਾ। ਇਹ ਜਿਹੜੀ ਰਾਮ ਦੀ ਕਸੌਟੀ ਹੈ ਨਾ ਰੱਬ ਦਾ ਰਸਤਾ ਹੈ ਸੱਚ ਦਾ। ਜਿੱਦੋਂ ਦੀ ਗੁਜਰਨ ਤੋਂ ਬਾਅਦ ਸੱਚ ਝੂਠ ਦਾ ਪਤਾ ਲੱਗਦਾ ਉਹਦੇ ਵਿੱਚ ਝੂਠੇ ਬੰਦੇ ਨਹੀਂ ਟਿਕਦੇ ਹੁੰਦੇ। ਝੂਠੇ ਜਿਹੜੇ ਝੂਠੇ ਝੂਠ ਤੱਕ ਸੀਮਤ ਹੋਣ ਜਿਨ੍ਹਾਂ ਦੀ ਜ਼ਿੰਦਗੀ ਦਾ ਆਧਾਰ ਸੱਚ ਨਾ ਹੋਵੇ ਝੂਠ ਹੋਵੇ RAM ਕਸੌਟੀ ਜਿਹੜੀ ਹੈ ਉਹਦੀ ਗੱਲ ਕਬੀਰ ਸਾਹਿਬ ਨੇ ਕੀਤੀ ਕਬੀਰ ਕਸੌਟੀ RAM ਕੀ ਝੂਠਾ ਟਿੱਕੇ ਨਾ ਕੋਏ RAM ਕਸੌਟੀ ਸੋ ਸਹ ਜੋ ਮਰ ਜੀਵਾ ਹੋਏ ਮਰ ਜੀਵਾ ਜਿਹੜਾ ਮਰ ਕੇ ਜਿਉਂਦਾ ਹੋ ਜਾਏ ਮਰ ਜੀਵਾ ਮਰ ਗਿਆ ਜਿਉਂਦਾ ਹੋ ਗਿਆ ਅਸਲ ਦੇ ਵਿੱਚ ਮੁਰਦਾ ਹੋਏ ਮਰੀਦ ਦੀ ਗੱਲ ਹੈ ਭਾਵ ਕਿ ਸੇ ਕੋਈ ਹੈ ਜਿਨੇ ਆਪਣੇ ਪਹਿਲੇ ਜੀਵਨ ਨੂੰ ਖਤਮ ਕਰ ਲਿਆ ਰੱਬ ਦੀ ਕਸੌਟੀ ਤੇ ਉਹੀ ਇਨਸਾਨ ਖਰਾ ਉਤਰਦਾ ਜਿਨੇ ਆਪਣਾ ਆਪਣੀਆਂ ਆਦਤਾਂ ਪਹਿਲੀਆਂ ਖਤਮ ਕਰ ਲੀਆਂ ਪਹਿਲਾ ਸੁਭਾਅ ਖਤਮ ਕਰ ਲਿਆ ਮਾੜਾਪਣ ਖਤਮ ਕਰ ਲਿਆ ਦਿਲ ਦੀ ਖੋਟ ਮਟਾ ਲਈ ਫਿਰ ਉਹਦੇ ਉੱਤੇ ਪਰਮਾਤਮਾ ਦੀ ਰਹਿਮਤ ਹੁੰਦੀ ਹੈ ਕਿਰਪਾ ਹੁੰਦੀ ਹੈ ਤੇ ਉਹਨੂੰ ਪਰਮਾਤਮਾ ਆਪਣੇ ਘਰੋਂ ਬਹੁਤ ਵੱਡੀਆਂ ਬਖਸ਼ਿਸ਼ਾਂ ਦੇ ਨਾਲ ਨਵਾਜਦਾ ਹੈ ਬਸ ਅਸੀਂ ਆਹੀ ਕੰਮ ਕਰਨਾ ਹੈ ਜਦੋਂ ਅਸੀਂ ਆਪਣੇ ਸਤਿਗੁਰੂ ਦੇ ਚਰਨਾਂ 'ਚ ਨਿਵਣਾ ਹੈ ਤੇ ਗੁਰੂ ਨੂੰ ਇਹ ਗੱਲ ਕਹਿਣੀ ਮਹਾਰਾਜ ਤੇਰੀ ਪਰਖ ਦੇ ਵਿੱਚ ਖਰੇ ਉੱਤਰ ਜਾਈਏ ਤੇਰੀ ਪਰਖ ਦੇ ਵਿੱਚ ਖਰੇ ਉੱਤਰ ਜਾਈਏ ਹੋਰ ਕੁਝ ਨਹੀਂ ਚਾਹੀਦਾ ਮੇਰਿਆ ਮਾਲਕਾ ਅਸੀਂ ਗੁਨਾਹਗਾਰ ਹਾਂ ਆਪਾਂ ਗਲਤੀਆਂ ਨਿਤ ਕਰਦੇ ਆਂ ਆਪਾਂ ਚਾਹੁੰਨੇ ਆਂ ਕਿ ਅਸੀਂ ਤੇਰੇ ਘਰ ਦੇ ਵਿੱਚ ਪ੍ਰਮਾਨ ਹੋ ਜਾਈਏ ਤੇ ਜਿਸ ਦਿਨ ਐਸੀ ਕਿਤੇ ਖੇੜ ਬਣ ਜਾਏ ਉਸ ਦਿਨ ਜੀਵਨ ਜਿਹੜਾ ਆਪਣੇ ਆਪ ਹੀ ਬਦਲ ਜਾਏਗਾ ਅਗੇ 34 ਨੰਬਰ ਸ਼ਲੋਕ 'ਚ ਕਬੀਰ ਸਾਹਿਬ ਕਹਿੰਦੇ ਕਬੀਰ ਊਜਲ ਪਹਿਰੇ ਕਾਪਰੇ ਉਜਲ ਭਾਵ ਚਿੱਟੇ ਭਾਉ ਕੇ ਬੜੇ ਵਧੀਆ ਬੇਸ਼ਕੀਮਤੀ ਬੰਦਾ ਕੱਪੜੇ ਪਾਵੇ ਪਾਣ ਸੁਪਾਰੀ ਖਾਹੇ ਤੇ ਸਰੀਰ ਨੂੰ ਹੋਰ ਵਧੀਆ ਰੱਖਣ ਦੇ ਲਈ ਪਾਣ ਸੁਪਾਰੀਆਂ ਖਾਵੇ ਪਾਣ ਸੁਪਾਰੀਆਂ ਸ਼ਾਨੋ ਸ਼ੌਕਤ ਵਾਸਤੇ ਇਹ ਚੀਜ਼ਾਂ ਖਾਵੇ ਕਬੀਰ ਸਾਹਿਬ ਕਹਿੰਦੇ ਨੇ ਏਕ ਸਹਰ ਕੇ ਨਾਮ ਬਿਨ ਇੱਕ ਨਾਮ ਤੋਂ ਬਗੈਰ ਬਾਂਦੇ ਜਮ ਪਰ ਜਾਏ ਉਹ ਜਮਾ ਦੇ ਵਸ ਪਏ ਰਹਿੰਦੇ ਭਾਵ ਆਤਮਿਕ ਮੁਕਤੀ ਮਰੇ ਰਹਿੰਦੇ ਨੇ ਕੱਲਾ ਸ਼ਰੀਰ ਤੱਕ ਸੀਮਤ ਨਾ ਹੋਈਏ ਕੱਲਾ ਦੇਹੀ ਤੱਕ ਸੀਮਤ ਨਾ ਹੋਈਏ ਕਿ ਸ਼ਰੀਰ ਨੂੰ ਸ਼ਿੰਗਾਰੀ ਗਏ ਸ਼ਿੰਗਾਰੀ ਗਏ ਜਿੰਨੇ ਸ਼ਰੀਰ ਦਿੱਤਾ ਹੈ ਉਹਨੂੰ ਵੀ ਤਾਂ ਯਾਦ ਰੱਖੀਏ ਜਿੰਨੇ ਤਨ ਦਿੱਤਾ ਹੈ ਉਹਨੂੰ ਤਾਂ ਯਾਦ ਰੱਖੀਏ ਕੱਲਾ ਇੱਥੋਂ ਤੱਕ ਨਹੀਂ ਹਾਲਾਤ ਅੱਜ ਦੇ ਇਹ ਨੇ ਕਿ ਆਪਾਂ ਆਪਣੀ ਬਾਡੀ ਉੱਤੇ ਹੀ ਜ਼ਿਆਦਾ ਫੋਕਸ ਕਰਨ ਲੱਗ ਪਏ ਆ ਸ਼ਰੀਰ ਉੱਤੇ ਫੋਕਸ ਕਰਨ ਲੱਗ ਪਏ ਲੇਕਿਨ ਇਹ ਜਿਹੜਾ ਜੀਵਨ ਹੈ ਇਹ ਬੇਸ਼ਕੀਮਤੀ ਹੈ ਤੇ ਇਸ ਜੀਵਨ ਨੂੰ ਸੋਹਣਾ ਬਣਾਉਣ ਦੇ ਲਈ ਜ਼ਰੂਰੀ ਸੀ ਫੋਕਸ ਕਰਨਾ ਜਿਵੇਂ ਕਿਸੇ ਵਿਦਵਾਨ ਸੱਜੇ ਨੇ ਲਿਖਿਆ ਨਾ ਕਿ ਖੂਬਸੂਰਤੀ ਸ਼ਰੀਰ ਦੀ ਨਹੀਂ ਖੂਬਸੂਰਤੀ ਅੰਦਰ ਦੀ ਹੁੰਦੀ ਹੈ ਅੰਦਰ ਦੀ ਖੂਬਸੂਰਤੀ ਜ਼ਰੂਰੀ ਪਰ ਕਮਲਿਆ ਤੂੰ ਸ਼ਰੀਰ ਨੂੰ ਸਵਾਰਨ ਤੇ ਲੱਗਾ ਹੋਇਆ ਅੰਦਰੋਂ ਤਾਂ ਬਦਸੂਰਤ ਹੁੰਦਾ ਜਾ ਰਿਹਾ ਗੁਰਬਾਣੀ ਪੜ੍ਹ ਕੇ ਦੇਖ ਲਓ ਸਤਗੁਰ ਨੇ ਤਾਂ ਹਰ ਇੱਕ ਜਗ੍ਹਾ ਤੇ ਲਿਖਿਆ ਕਿ ਮੈਨੂੰ ਉਹ ਬੰਦਾ ਪਸੰਦ ਹੀ ਨਹੀਂ ਜਿਹੜਾ ਬੰਦਾ ਆਪਣੇ ਅੰਦਰੋਂ ਮੈਲਾ ਬਾਹਰੋਂ ਕੀ ਹੈ ਬਾਹਰੋਂ ਤਾਂ ਵਿਖਾਵਾ ਕੀਤਾ ਜਾ ਸਕਦਾ ਪਰ ਗੱਲ ਤਾਂ ਉਦੋਂ ਬੰਦੀ ਜਦੋਂ ਤੁਸੀਂ ਅੰਦਰੋਂ ਐ ਚੜ ਦੀ ਕਲਾ ਦੇ ਵਿੱਚ ਹੋ ਅੰਦਰੋਂ ਗਰਮਣੀ ਜਿਵੇਂ ਲਿਖਿਆ ਗਿਆ ਨਾ ਖਾਲਸਾ ਸੋਏ ਜੋ ਚੜੈ ਤੁਰੰਗ ਖਾਲਸਾ ਸੋਏ ਕਰੈ ਨਿਤ ਜੰਗ ਰੋਜ਼ ਜੰਗ ਕਰਨ ਵਾਲਾ ਹੁਣ ਦਾ ਮਤਲਬ ਇਹ ਨਹੀਂ ਵੀ ਲੋਕਾਂ ਦੇ ਸਿਰ ਪਾੜੀ ਜਾਣੇ ਮਤਲਬ ਹੈ ਕਿ ਖਾਲਸਾ ਐਕਟਿਵ ਰਹਿੰਦਾ ਹਰ ਵਕਤ ਮੈਦਾਨੇ ਜੰਗ ਵਿੱਚ ਜਾਣ ਲਈ ਤਿਆਰ ਰਵੇ ਤੇ ਨਾਲ ਦੀ ਨਾਲ ਆਪਣੇ ਅੰਦਰ ਨੂੰ ਵੀ ਸਵਾਰੇ ਸ਼ਿੰਗਾਰੇ ਆਪਣਾ ਅੰਦਰ ਵੀ ਗੁਰਬਾਣੀ ਨਾਲ ਜੋੜ ਕੇ ਰੱਖੇ ਸੋ ਅਸੀਂ ਉਹਦੀ ਬੰਦਗੀ ਨਾਲ ਅੰਦਰੋਂ ਅਤੇ ਬਾਹਰੋਂ ਜੁੜ ਕੇ ਰਹਿਣਾ 35 ਨੰਬਰ ਸ਼ਲੋਕ ਚ ਕਹਿੰਦੇ ਨੇ ਕਬੀਰ ਬੇੜਾ ਜਰ ਜਰਾ ਫੂਟੇ 6000 ਕਹਿੰਦੇ ਕੋਈ ਸਮੁੰਦਰੀ ਜਹਾਜ਼ ਹੋਵੇ ਬੇੜਾ ਸਮੁੰਦਰੀ ਬੇੜਾ ਸਮੁੰਦਰੀ ਜਹਾਜ਼ ਹੋਵੇ ਬਹੁਤ ਪੁਰਾਣਾ ਹੋ ਗਿਆ ਹੋਵੇ ਜਰਜਰਾ ਭਾਅ ਬਹੁਤ ਪੁਰਾਣਾ ਹੋ ਗਿਆ ਖੱਦਾ ਭੱਗਾ ਖਰਾਬ ਹੋ ਗਿਆ ਫੂੰਟੇ 6000 ਉਹਦੇ ਵਿੱਚ ਉਹਦੇ ਥੱਲੇ ਹਜ਼ਾਰਾਂ ਹੀ ਛੇਕ ਨਿਕਲ ਆਉਣ ਤੇ ਉਹਨੂੰ ਲੈ ਕੇ ਆਪਾਂ ਸਮੁੰਦਰ ਵਿੱਚ ਤੁਰ ਪਈਏ ਪੁਰਾਣਾ ਹੋਵੇ ਬੁਰਾ ਹਾਲ ਹੋਇਆ ਹੋਵੇ ਉਸ ਬੇੜੇ ਦਾ ਜਹਾਜ਼ ਦਾ ਚੱਲਣ ਜੋਗ ਨਾ ਹੋਵੇ ਤੇ ਅਸੀਂ ਪਾਣੀ 'ਚ ਉਹਨੂੰ ਸੁੱਟ ਕੇ ਆਖੀਏ ਵੀ ਆਪਾਂ ਤਾਂ ਦੂਜੇ ਕਿਨਾਰੇ ਤੇ ਲੈ ਕੇ ਜਾਣਾ ਸਮੁੰਦਰ 'ਚ ਬੜੀ ਬੜੀ ਵੱਡੇ ਛੇਕ ਹੁਣ ਥੱਲੇ ਤੇ ਕਬੀਰ ਸਾਹਿਬ ਨੇ ਕੀ ਕਿਹਾ ਹਰੂਏ ਹਰੂਏ تیر ਗਏ ਜਦੋਂ ਉਹ ਡੁੱਬਦਾ ਨਾ ਸਮੁੰਦਰ ਦੇ ਵਿੱਚ ਤੇ ਜਿਹੜੇ ਹਰੂਏ ਹਰੂਏ ਹੌਲੇ ਹੌਲੇ ਹੁੰਦੇ ਨੇ ਭਾਵ ਜਿਨ੍ਹਾਂ ਨੇ ਕੋਈ ਭਾਰ ਨਾ ਚੱਕਿਆ ਹੋਵੇ ਹੌਲੇ ਹੋਣ ਉਹ ਤਾਂ ਡੁੱਬਦੇ ਨਹੀਂ ਉਹ ਤਾਂ ਤਰ ਕੇ ਪਾਰ ਲੰਘ ਜਾਂਦੇ ਨੇ ਅਗਲੀ ਗੱਲ ਡੂਬੇ ਜਿਨ ਸਿਰ ਭਾਰ ਪਰ ਉਹ ਡੁੱਬ ਜਾਂਦੇ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਭਾਰ ਹੋਵੇ ਜਿਨ੍ਹਾਂ ਨੇ ਬਹੁਤ ਭਾਰ ਲਦਾ ਹੋਵੇ ਸਮਝੇਓ ਇਹ ਸਰੀਰ ਇੱਕ ਬੀੜਾ ਹੈ ਸੰਸਾਰ ਸਮੁੰਦਰ ਹੈ ਪਰ ਆਪਾਂ ਬਹੁਤ ਵੱਡਾ ਭਾਰ ਆਪਣੇ ਮਨ ਉੱਤੇ ਚੱਕ ਲਿਆ ਡੁੱਬ ਜਾਵਾਂਗੇ ਆਪਾਂ ਇਹ ਸਰੀਰ ਵੀ ਡੁੱਬੇਗਾ ਮਨ ਵੀ ਖਤਮ ਹੋ ਜਾਏਗਾ ਜੀਵਨ ਖਤਮ ਹੋ ਜਾਏਗਾ ਪਾਪਾਂ ਦਾ ਗੁਨਾਹਾਂ ਦਾ ਭਾਰ ਆਪਣੇ ਸਿਰ ਤੇ ਲੈਣ ਦੀ ਲੋੜ ਨਹੀਂ ਹੈ ਅਈ ਨਾ ਨ ਭਾਰ ਚੱਕੋ ਕਿ ਬਾਦ ਚ ਤੁਹਾਨੂੰ ਤਰਨਾ ਔਖਾ ਹੋ ਜਾਵੇ ਐਨਾ ਵੀ ਨਾ ਭਾਰ ਚੱਕੋ ਕਿ ਜੀਵਨ ਹੀ ਗਰਕ ਹੋ ਜਾਏ ਬਰਬਾਦ ਹੋ ਜਾਏ ਸੋ ਇਹ ਸਾਰੇ ਜਿਹੜੇ ਸ਼ਲੋਕ ਨੇ ਆਪਾਂ ਸਾਂਝੇ ਕੀਤੇ ਨੇ ਜਿਹੜੇ ਪੰਜ ਸ਼ਲੋਕ ਉਹਨਾਂ ਚ ਕਬੀਰ ਸਾਹਿਬ ਨੇ ਇਹੀ ਕਿਹਾ ਕਿ ਰੱਬ ਦੀਆਂ ਰਹਿਮਤਾਂ ਨੂੰ ਮੰਨ ਉਹਨੂੰ ਵੱਡਾ ਕਰਕੇ ਜਾਣ ਆਪਣੇ ਸਰੀਰ ਦਾ ਹੀ ਇਕੱਲਾ ਖਿਆਲ ਨਾ ਰੱਖ ਉਹਦੇ ਨਾਮ ਨਾਲ ਅੰਦਰੋਂ ਬਾਹਰੋਂ ਜੁੜ ਇਹ ਸ਼ਰੀਰ ਗਰਕੋ ਜਾਣ ਵਾਲਾ ਹੈ ਤੇ ਗੁਨਾਹਾਂ ਦੀ ਪੰਡ ਦਾ ਭਾਰ ਸਿਰ ਤੇ ਨਾ ਚੁੱਕ ਤੂੰ ਤਾਰ ਤਰ ਨਹੀਂ ਸਕੇਗਾ ਪਾਰ ਨਹੀਂ ਜਾ ਸਕੇਗਾ ਸੋ ਆਓ ਕਬੀਰ ਸਾਹਿਬ ਦੇ ਇਹਨਾਂ ਬਚਨਾਂ ਨੂੰ ਆਪਣੇ ਬੰਨੀਏ ਪੱਲੇ ਤੇ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਕਬੀਰ ਸਾਹਿਬ ਦੇ ਇਹਨਾਂ ਸ਼ਲੋਕਾਂ ਨਾਲ ਸਾਡੀ ਸਾਂਝ ਪਵਾਈ ਹੈ ਇਤਨੀਆਂ ਬੇਨਤੀਆਂ ਸਵਕਾਰ ਕਰੋ ਜੀ ਸਤਿਗੁਰੂ ਨੇ ਕਿਰਪਾ ਕੀਤੀ ਹੈ 35 ਨੰਬਰ ਸ਼ਲੋਕਾਂ ਤੱਕ ਆਪਾਂ ਵਿਚਾਰ ਕੀਤੀ ਹੈ ਜੇ ਬਾਪੂ ਜੀ ਨੇ ਚਾਹਿਆ ਆਗਾਮੀ ਵਿਚਾਰੇ ਸਤਨਾ ਚਲਦੀ ਰਹੇਗੀ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੀ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ